ਕਸਬਾ ਟਾਰੀ ਦੇ ਵਪਾਰੀਆਂ ਦੇ ਕੋਲੋਂ ਆਏ ਦਿਨ ਮੰਗੀਆਂ ਜਾ ਰਹੀਆਂ ਫਰੌਕੀਆਂ। ਦੁਖੀ ਹੋ ਕੇ ਕਸਬਾ ਟਾਰੀ ਦੇ ਦੁਕਾਨਦਾਰਾਂ ਨੇ ਕੀਤਾ ਚੱਕਾ ਜਾਮ। ਦੇਖੀਏ ਪੂਰੀ ਰਿਪੋਰਟ। ਮੇਰਾ ਨਾਮ ਜਸਵਿੰਦਰ ਸਿੰਘ ਢਿੱਲੋਂ, ਮੈਂ ਟਾਰੀ ਦੇ ਵਿੱਚ ਇੱਕ ਕੋਕਾ ਕੋਲਾ ਦਾ ਵਪਾਰ ਕਰਦਾ ਔਰ ਇੱਕ ਸੰਸਥਾ ਦਾ ਸਕੂਲ ਚਲਾ ਰਿਹਾ। ਮੈਨੂੰ ਇੱਕ ਹਫ਼ਤੇ ਤੋਂ ਜਿਹੜੀਆਂ ਲਗਾਤਾਰ ਕੋਲਾਂ ਆ ਰਹੀਆਂ ਬਾਹਰ ਦੇ ਨੰਬਰ ਤੋਂ, ਪਹਿਲਾਂ ਤਾਂ ਮੇਰੇ ਤੋਂ ਫਰੌਤੀ ਮੰਗੀ ਜਾਂਦੀ ਸੀ 50 ਲੱਖ ਰੁਪਈਆ, ਜੋ ਕਿ ਮੈਂ ਦੇਣ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਮੈਨੂੰ ਧਮਕੀਆਂ ਲਾਈ ਜਾਂਦੀਆਂ, ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਲਾਈ ਜਾਂਦਾ, ਮੇਰੇ ਬੇਟੇ ਮੇਰੀ ਵਾਈਫ ਦੀਆਂ ਫੋਟੋ 'ਤੇ ਕਰੋਸ ਮਾਰ ਕੇ ਭੇਜੇ ਜਾਂਦੇ ਸੀਗੇ, ਭੇਜੇ ਜਾ ਰਹੇ। ਔਰ ਕੱਲ੍ਹ ਫਿਰ ਮੈਂ 4-5 ਦਿਨ ਤੋਂ ਸੁੱਤਾ ਨਹੀਂ ਹਾਂ। ਇਹ ਪੁਲਿਸ ਪ੍ਰਸ਼ਾਸਨ ਦਾ ਮੈਂ ਧੰਨਵਾਦ ਇਸ ਕਰਕੇ ਕਰਦਾ ਕਿ ਪੁਲਿਸ ਪ੍ਰਸ਼ਾਸਨ ਨੇ ਮੇਰੇ ਸਿਕਿਉਰਿਟੀ ਲਾਈ ਹੋਈ ਆ, ਪਰ ਮੈਂ ਮਾਨਸਿਕ ਤੌਰ 'ਤੇ ਅੰਦਰ ਰਹਿ ਕੇ, ਮੇਰਾ ਬੱਚਾ ਸਕੂਲ ਨਹੀਂ ਜਾ ਰਿਹਾ, ਅੰਦਰ ਰਹਿ ਕੇ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕਾ। ਅਤੇ ਕੱਲ੍ਹ ਫਿਰ ਧਮਕੀ ਉਹਨਾਂ ਨੇ ਲਾਈ ਵੀ ਭਾਈ ਲਵਾ ਲਿਆ ਯੋਰ, ਲਾ ਲਿਆ ਤੇਰੀ ਸਰਕਾਰ ਨੇ ਯੋਰ, ਕੀ ਕਈ ਵਾਰੀ ਧਮਕੀਆਂ ਲਾ ਚੁੱਕੇ ਪਹਿਲੇ ਵੀ, ਕਦੀ ਧਮਕੀਆਂ ਆਈਆਂ? ਪਹਿਲਾਂ ਮੈਨੂੰ ਬਾਹਰ ਦੇ ਨੰਬਰਾਂ ਤੋਂ ਕਾਲਾਂ ਆਉਂਦੀਆਂ, ਪਰ ਮੈਨੂੰ ਪਤਾ ਹੁੰਦਾ ਵੀ ਇਹ ਗੈਂਗਸਟਰ ਹੀ ਲੋਕ ਕਰਦੇ ਆ, ਮੈਂ ਚੁੱਕਦਾ ਨਹੀਂ ਹੁੰਦਾ। ਲੇਕਿਨ ਇਹਨੇ ਮੇਰੇ ਫਾਦਰ ਸਾਹਿਬ ਨੂੰ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਚੈਟ ਕਰਨੀ ਸ਼ੁਰੂ ਕਰ ਦਿੱਤੀ, ਇਸ ਕਰਕੇ ਹਾਰ ਕੇ ਮੈਂ ਇਹਦੀ ਕਾਲ ਚੁੱਕੀ, ਚੁੱਕ ਕੇ ਔਨ ਰਿਕਾਰਡ ਸਾਰਾ ਜਿਹੜਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਸਦੀ ਕੰਪਲੇਂਟ ਵੀ ਕੀਤੀ ਆ ਔਰ SSP ਸਾਹਿਬ ਦੀ ਨੌਲੇਜ ਦੇ ਵਿੱਚ, ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਸਾਰਾ ਜਿਹੜਾ ਜੋ ਵੀ ਮਸਲਾ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ। ਧਮਕੀਆਂ ਦਾ ਕਾਰਨ ਕੀ ਦੱਸਿਆ ਜਾ ਰਿਹਾ? ਧਮਕੀਆਂ ਦਾ ਕਾਰਨ ਸਿਰਫ 50 ਲੱਖ ਰੁਪਈਆ ਫਰੌਤੀ ਮੰਗਦੇ ਸੀ, ਜੋ ਮੈਂ ਨਹੀਂ ਦਿੱਤੀ। ਉਸ ਤੋਂ ਬਾਅਦ ਕਹਿੰਦੇ ਨੇ ਤੇਰਾ ਪੁੱਤ ਮਾਰਨਾ, ਉਸ ਤੋਂ ਬਾਅਦ ਤੈਨੂੰ ਮਾਰਨਾ, ਐਸੇ ਕਰਕੇ ਇਸੇ ਡਰ ਤੋਂ ਮੈਂ ਆਪਣਾ ਜਿਹੜਾ ਬੱਚਾ ਸਕੂਲੋਂ ਢਾ ਕੇ, 7 ਸਾਲ ਦਾ ਬੱਚਾ ਜੋ ਕਿ 11 ਸਾਲ ਪਹਿਲਾਂ ਮੇਰੇ ਵਿਆਹ ਤੋਂ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਤੇ ਮੇਰੇ ਘਰ ਬੈਠੀ। ਜਿਹੜੀ ਤੁਹਾਨੂੰ ਲਾਸਟ ਧਮਕੀ ਉਹ ਕਦੋਂ ਆਈ ਹੈ? ਕੱਲ ਰਾਤ। ਹਾਂ, ਉਸ ਤੋਂ ਬਾਅਦ ਮੇਰੇ ਅੰਦਰ ਜਿਹੜਾ ਇਹਨਾਂ ਪਵੈਂਡਰ ਭਰਿਆ ਆਇਆ ਸੀ, ਮੈਂ ਦੁਖੀ ਹੋ ਗਿਆ। ਫਿਰ ਮੈਂ ਬਾਹਰ ਹੋ ਕੇ ਲਾਈਵ ਹੋਇਆ, ਲਾਈਵ ਜਿਹੜੀ ਵੀਡੀਓ ਮੈਂ ਖੜ ਕੇ ਪਾਈ ਆ, ਸਾਰਾ ਪਿੰਡ ਮੇਰੇ ਨਾਲ ਆ ਚੁੱਕਾ ਸੀ। ਮੈਂ ਉਹਨੂੰ ਇਹ ਵੀ ਗੱਲ ਕਹੀ ਗਿਆ ਸਾਨੂੰ ਵੀ ਮੈਂ ਬਾਹਰ ਨਿਕਲਾਂ, ਕਿਉਂਕਿ ਬੜੇ ਦਿਨਾਂ ਤੋਂ ਮੈਂ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ, ਕੈਦੀਆਂ ਨੂੰ ਰਹਿ ਰਿਹਾ ਸੀ। ਮੈਂ ਬਾਹਰ ਨਿਕਲਿਆ, ਨਿਕਲ ਕੇ ਉਸ ਨੂੰ ਲਾਈਵ ਕੀਤੀ ਪਰ ਕੋਈ ਨਹੀਂ ਆਇਆ। ਪਰ ਮੈਨੂੰ ਇਹ ਪੱਕਾ ਪਤਾ ਕਿ ਮੇਰੀ ਜਾਨ ਨੂੰ, ਮੇਰੇ ਪਰਿਵਾਰ ਨੂੰ ਪੂਰਾ ਪੂਰਾ ਖਤਰਾ। ਗੈਂਗਸਟਰ ਦਾ ਨਾਮ ਦੱਸਿਆ ਜਾ ਰਿਹਾ ਕੋਈ? ਜੋ ਗੈਂਗਸਟਰ ਦਾ ਨਾਮ ਦੱਸਦੇ ਹੋ ਐਕਚੁਅਲ 'ਚ ਹੈ, ਇਹ ਤੁਹਾਨੂੰ ਵੀ ਪਤਾ, ਜਿਹੜੀ ਉਹਨੇ ਫੋਟੋ ਪਾਈ ਉਹ ਨਹੀਂ ਹੈ, ਜੋ ਕਹਿੰਦੇ ਉਹ ਨਿਕਲਦਾ। ਮੇਰੇ ਨਾਲ ਪਹਿਲਾਂ ਵੀ 2020 ਉਹਨੂੰ ਇੰਨੀ ਉਮੀਦ, ਜਿਹੜਾ ਵੀ ਕੋਈ ਗੈਂਗਸਟਰ ਹੈ, ਕੋਈ ਵੀ ਗੈਂਗਸਟਰ, ਉਹਨੂੰ ਉਮੀਦ ਹੈ ਕਿ ਤੁਹਾਡੇ ਕੋਲ 5 ਲੱਖ ਹੋਏਗਾ, 50 ਲੱਖ ਥੋੜ੍ਹੀ ਹੋਏਗਾ। ਦੇਖੋ ਜੀ, ਇਹ ਕਾਰੋਬਾਰ ਕਰਦਾ ਨਜ਼ਰ 'ਤੇ ਆਉਂਦਾ, ਠੀਕ ਹੈ ਜੀ, ਪਰ ਇਹ ਨਹੀਂ ਨਜ਼ਰ ਆਉਂਦਾ ਕਿ ਮੇਰੀ 2.5 ਕਰੋੜ ਦੀ ICIC ਦੇ ਵਿੱਚ ਲਿਮਿਟ ਆ, 60 ਲੱਖ ਰੁਪਈਆ ਮੈਂ HDFC ਤੋਂ ਲਿੱਤਾ ਜਾਂ ਹੋਰ ਕਰਜ਼ੇ ਚੁੱਕੇ, ਇਹ ਇਹਨਾਂ ਨੂੰ ਨਹੀਂ ਪਤਾ। ਤੁਸੀਂ ਆਮ ਆਦਮੀ ਦੇ ਵਿੱਚ ਵਰਕਰ ਹੋ ਜਾਂ ਕੀ ਹੋ? ਮੈਂ ਜੀ ਅਟਾਰੀ ਦਾ, ਆਮ ਆਦਮੀ ਪਾਰਟੀ ਦਾ ਵਪਾਰ ਮੰਡਲ ਦਾ, ਵਪਾਰੀਆਂ ਦਾ ਪ੍ਰਧਾਨ। ਮੇਰੇ ਫਾਦਰ ਸਾਹਿਬ ਵੀ ਬਲਾਕ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ, ਔਰ ਅਸੀਂ ਸ਼ੁਰੂ ਤੋਂ, ਸਾਡਾ ਰਾਜਨੀਤੀ ਨਾਲ ਕੋਈ ਪਹਿਲਾਂ ਪਿਛੋਕੜ ਨਹੀਂ, ਸ਼ੁਰੂ ਤੋਂ ਸਾਨੂੰ ਹੈ ਸੀ ਕਿ ਆਮ ਆਦਮੀ ਪਾਰਟੀ ਬਦਲਾਅ ਲਿਆਉਣਾ, ਭਗਵੰਤ ਮਾਨ ਲਿਆਉਣਾ। ਅਸੀਂ ਪੂਰਾ ਜ਼ੋਰ ਲਾਇਆ ਔਰ ਸਾਡੀ ਸਰਕਾਰ ਵੀ ਆਈ ਆ, ਪਰ ਅਸੀਂ ਆਪਣੇ CM ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ, ਸਰ ਜੇ ਗ੍ਰਹਿ ਮੰਤਰਾਲਾ ਨਹੀਂ ਸੰਭਾਲਿਆ ਜਾਂਦਾ, ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪ ਦਿਓ, ਸ਼ਾਇਦ ਕੁਛ ਮਸਲਾ ਹੱਲ ਹੋ ਜਾਏ, ਸ਼ਾਇਦ ਕੁਝ ਨਾ ਕੁਝ ਵਧੀਆ ਕਰ ਦੇਣ। ਪਰ ਮੇਰੇ ਹਿਸਾਬ ਨਾਲ ਅਸੀਂ ਕਦੀ ਮੁਰਦਾਬਾਦ ਦੇ ਨਾਰੇ ਨਹੀਂ ਲਾਏ, ਅਸੀਂ ਜਿੰਦਾਬਾਦ ਹੀ ਕਹਿੰਦੇ ਹਾਂ। ਪਰ ਕਾਰਨ ਜਿਹੜਾ ਜੇ ਸੱਚਾਈ ਹੈ, ਜੇ ਕਿ ਅਸੀਂ ਅੰਦਰੋਂ ਅੰਦਰ ਵਪਾਰੀ, ਮੈਂ ਬੋਲਿਆ ਮੈਂ ਡਰਦਾ ਨਹੀਂ, ਇਸ ਕਰਕੇ ਬੋਲਿਆ। ਪਰ ਹਾਲਾਤ ਇੱਦਾਂ ਦੇ ਕਿ ਬੜੇ ਲੋਕੀ ਫਰੌਤੀਆਂ ਦੇ ਅੰਦਰ, ਜੇ ਤਰਨ ਤਾਰਨ ਜ਼ਿਲ੍ਹੇ ਦਾ ਬੁਰਾ ਹਾਲਾਤ ਹੋ ਚੁੱਕਾ ਜੀ। ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੇ ਵਿੱਚ ਪੱਕਾ ਦਰਜ ਕਰ ਦਿੱਤਾ ਗਿਆ ਵਾ, ਆਪਣੀਆਂ ਸੇਵਾਵਾਂ ਜਿਹੜੀਆਂ ਸੀ ਅਸਰ ਕੀਤੀਆਂ ਸੀ, ਸਰਸਲਵਾਲਾਂ ਦੀ ਬੱਸ ਦੇ ਨਾਲ ਪਠਾਇਆ ਗਿਆ, ਲੋਕਾਂ ਨੂੰ ਇੱਕ ਦਿਸ਼ਾ ਦਿਖਾਈ ਸੀ ਕਿ ਕਿਸ ਤਰ੍ਹਾਂ ਮਨੁੱਖ,
ਫੋਨ ਉਹਨੇ ਦਿੱਤੀ ਮੈਨੂੰ ਵੀ ਦੇ ਦਿੱਤਾ ਗਿਆ ਵਾ ਅਤੇ ਇਹਦੇ ਘਰ ਦੇ ਲਾਗੇ ਬੱਚੇ ਵੀ ਲਾ ਦਿੱਤੀ ਗਈ ਹੈ ਉਸ ਆਪਣੇ ਕੰਮ ਲਈ ਬਿਲਕੁਲ ਸਫ਼ਲ ਆ ਰਿਹਾ ਅਤੇ ਜਲਦ ਤੋਂ ਜਲਦ ਬੰਦਾ ਮਾਮਲਾ ਪਹਿਲਾਂ ਕੇ ਜਾਂ ਹੋਰ ਹੀ ਇਸਦਾ ਮਾਮਲਾ ਸਾਹਮਣੇ ਆ ਗਿਆ ਟਾਈਗਰ ਕੇਸ ਟਾਈਗਰ ਕੇਸ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਈਗਰ ਕੇਸ ਰਿਪੋਰਟਰ ਸੁਖਬੀਰ ਸਿੰਘ ਬਿੱਲੇ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ।